ਜਾਂ ਭਗਵੰਤ ਮਾਨ ਏਕਨਾਥ ਸ਼ਿੰਦੇ ਬਣੂ 10 ਤੋਂ ਬਾਅਦ, ਜਾਂ ਸੰਧਵਾ ਨਵਾਂ ਮੁੱਖ ਮੰਤਰੀ ਬਣੂ। ਮੈਂ ਅੱਜ ਵੀ ਕਹਿੰਦਾ ਉਹ ਕੀ ਨੇ ਕੀ ਨਹੀਂ ਹੈ ਤੁਸੀਂ ਬਿਹਤਰ ਜਾਣਦੇ। ਮੈਨੂੰ ਲੱਗਦਾ ਪੰਜਾਬ ਦੀ ਧਰਤੀ ਔਰ ਪੰਜਾਬ ਦਾ ਇਤਿਹਾਸ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ। ਮਗਰ ਜਿਹਨੇ ਜੋ ਫੈਸਲਾ ਉਹਨੂੰ ਉਹਦਾ ਫੈਸਲਾ ਮੁਬਾਰਕ। ਲੋਕ ਬੜੇ ਸਿਆਣੇ, ਦੇਖੋ ਤੁਸੀਂ ਨਾ, ਮੈਨੂੰ ਲੱਗਦਾ ਤੁਸੀਂ ਉਹਦੇ ਥੱਲੇ, ਮੈਂ ਕਮੈਂਟ ਵੇਖ ਰਿਹਾ ਸੀਗਾ, ਪਤਾ ਨਹੀਂ ਕਿਸੇ ਮੀਡੀਆ ਵਾਲੇ ਵੀਰ ਨੇ ਵੇਖਿਆ, ਕਹਿੰਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਰੋਪਾ ਪਾਉਣਾ ਕਿਹੜਾ। ਉਹਦੀ ਮਾਤਾ ਬਹੁਤ ਦੁਖੀ ਹੈ, ਕਿਉਂਕਿ ਕੱਲ ਘਰੇ ਸੱਦ ਕੇ ਮਾਤਾ ਨੇ ਸਾਨੂੰ ਵਧਾਈ ਦਿੱਤੀ। ਮੈਂ ਅੱਗੇ ਗੁਰਪ੍ਰੀਤ ਨੂੰ ਕਹਿ ਰਿਹਾ ਸੀ, ਮੈਂ ਕਿਹਾ ਚੱਲ ਭਰਾ ਤੇਰਾ ਬਹੁਤ ਧੰਨਵਾਦ ਹੈ, ਔਰ ਇਹ ਪੰਥਕ ਪਰਿਵਾਰ ਹੈ, ਚਲੋ ਕੋਈ ਇਹ ਜਿਹਾ ਕੰਮ ਕਰਦਾ ਉਹਨੂੰ ਵੀ ਸੱਚੇ ਪਾਤਸ਼ਾਹ ਸਮਾਤੀ ਬਖਸ਼ਣ। ਮੈਂ ਤਾਂ ਇਹ ਗੱਲ ਕਹਿ ਸਕਦਾ, ਮਗਰ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ, ਇੱਕ ਲੀਡਰ ਅਨਿਲ ਜੋਸ਼ੀ ਜਿਹਨੇ ਕਿਸਾਨੀ ਖੇਤ ਮਜ਼ਦੂਰਾਂ ਕਰਕੇ ਭਾਜਪਾ ਛੱਡੀ, ਇੱਕ ਲੀਡਰ ਸੁਨੀਲ ਜਾਖੜ ਅਤੇ ਬਿੱਟੂ ਵਰਗੇ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਉਸ ਵੇਲੇ ਕਿਸਾਨੀ ਦੇ ਹੱਕ ਦੀ ਗੱਲ ਕਰਨ ਵਾਲੇ ਅੱਜ ਭਾਜਪਾ ਦਾ ਲੜ ਫੜਿਆ। ਕਿਰਦਾਰਾਂ ਦਾ, ਸੋਚ ਦਾ ਫਰਕ ਹੁੰਦਾ। ਜਿਹੜਾ ਜਾਖੜ ਸਾਹਿਬ ਨੇ ਹਮੇਸ਼ਾ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਕਿਸਾਨਾਂ ਦੀ ਗੱਲ ਕਰਦੇ ਸੀ, ਅੱਜ ਹਾਲਾਤ ਵੇਖੋ ਕਿੱਡੇ ਪਤਲੇ ਹੋ ਗਏ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਦੇ ਰਹੇ ਆ ਕਿ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ। ਹੁਣ ਸਾਨੂੰ, ਤੁਹਾਨੂੰ ਪਤਾ ਤੇ ਮੈਨੂੰ ਪਤਾ, ਚੋਣਾਂ 'ਚੋਂ ਭੱਜਣ ਦੀ ਤਿਆਰੀ ਆ ਜਾਂ ਚੋਣ ਪੋਸਟਪੋਨ ਕਰਨ ਦੀ ਤਿਆਰੀ ਹੈ, ਕਿਉਂਕਿ ਅਨੰਤਨਾਗ ਵੀ ਇਹੋ ਜਿਹੀਆਂ ਗੱਲਾਂ ਕਰਕੇ ਕਿ ਆਲ ਇਜ਼ ਨਾਟ ਵੈਲ ਜੀ, ਇਹ ਠੀਕ ਨਹੀਂ ਜੀ ਮਾਹੌਲ, ਆ ਹੈ ਜੀ ਉਹ ਹੈ ਜੀ, ਕਹਾਣੀਆਂ ਪਾ ਕੇ, ਔਰ ਚੀਫ ਇਲੈਕਸ਼ਨ ਕਮਿਸ਼ਨਰ ਦੇ ਦਫ਼ਤਰ 'ਤੇ ਵੀ ਦੂਜੀ ਪਾਰਟੀਆਂ ਨੇ ਬੜੇ ਸੀਰੀਅਸ ਐਲੀਗੇਸ਼ਨ ਉਠਾਏ ਆ। ਸੋ ਮੈਂ ਸਮਝਦਾ ਕਿ ਭਾਜਪਾ ਦੀ ਇਲੈਕਸ਼ਨ ਕਮਿਸ਼ਨ ਬਾਡੀ ਨਾ ਬਣ ਕੇ ਰਹਿ ਜੇ। ਪ੍ਰਧਾਨ ਮੰਤਰੀ ਸਾਹਿਬ ਏਡੇ ਨੀਵੇਂ ਪੱਤਰ ਦੇ ਬਿਆਨ, ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣ ਵਾਲੇ, ਮੰਗਲ ਸੂਤਰਾਂ ਦੀ ਗੱਲ ਤੱਕ ਕਰਨ ਵਾਲੇ ਕਿ ਭਾਈ 70 ਸਾਲਾਂ ਦੇ ਤਾਂ ਕਿਸੇ ਦੀ ਇੱਜ਼ਤ ਨੂੰ ਹੱਥ ਪਿਆ ਨਹੀਂ, ਅਤੇ ਤੁਹਾਡੀ ਕਿਹੜੀ ਮਾੜੀ ਕਾਰਗੁਜ਼ਾਰੀ ਹੈ ਕਿ ਤੁਸੀਂ ਇਹ ਨਹੀਂ ਦੱਸਦੇ ਲੋਕਾਂ ਨੂੰ ਨੌਕਰੀ ਕੀ ਦਿੱਤੀ, ਲੋਕਾਂ ਦੀ ਆਮਦਨ 'ਚ ਕਿੰਨਾ ਵਾਧਾ ਕੀਤਾ, ਕਰਜ਼ਾ ਕਿੰਨਾ ਮਾਫ਼ ਕੀਤਾ, ਉਹ ਤਾਂ ਗੱਲ ਕਰਦੇ ਨਹੀਂ। ਇੱਕ ਧਰਮ ਨੂੰ, ਮੈਜੋਰਿਟੀ ਨੂੰ ਮਾਈਨੋਰਿਟੀ ਤੋਂ ਡਰਾਉਂਦੇ ਹੋ ਔਰ ਡਰਾ ਕੇ ਵੋਟਾਂ ਲੈਣਾ ਚਾਹੁੰਦੇ। ਅੱਜ ਐਡੀ ਅਫਸੋਸ ਦੀ ਗੱਲ, ਦੇਖੋ ਚੰਨੀ ਸਾਹਿਬ ਨਾ ਜਦੋਂ ਦੇ ਮੁੱਖ ਮੰਤਰੀ ਰਹਿੰਦਿਆਂ ਮੁੜ ਕੇ 2 ਸੀਟਾਂ ਹਾਰ ਗਏ ਆ, ਉਹ ਮਤਲਬ ਥੋੜ੍ਹੀ ਅਪਲੀ ਟਪਲੀ ਖਾ ਜਾਂਦੇ ਬੋਲਣ ਵੇਲੇ। ਮੈਨੂੰ ਤਾਂ ਬੜਾ ਅਫਸੋਸ ਹੋਇਆ ਕਿ ਸ਼ਹਾਦਤ ਏਡੀ ਵੱਡੀ ਕੁਰਬਾਨੀ ਦੇਣ ਵਾਲਿਆਂ ਬਾਰੇ ਇਹ ਜਿਹਾ ਬਿਆਨ ਟਿੱਪਣੀ ਕੀਤੀ ਕਿ ਇਹਦੇ 'ਚ ਕਾਹਦਾ ਭਾਈ, ਇਹਦੇ 'ਚੋਂ ਕਿਹੜਾ ਸਿਆਸੀ ਲਾਹਾ ਲਿੱਤਾ ਜਾਊ। ਚੰਨੀ ਸਾਹਿਬ ਨੂੰ ਮਾਫ਼ੀ ਮੰਗਣੀ ਚਾਹੀਦੀ ਔਰ ਕਾਂਗਰਸ ਪਾਰਟੀ ਜੇ ਸਾਡੇ ਫੌਜੀ ਵੀਰਾਂ ਦਾ, ਸ਼ਹਾਦਤ ਦੇਣ ਵਾਲਿਆਂ ਦਾ ਸਤਿਕਾਰ ਕਰਦੀ ਹੈ ਤੇ ਇਹਨਾਂ ਖਿਲਾਫ਼ ਐਕਸ਼ਨ ਲਵੇ। ਤੁਸੀਂ ਜੇਕਰ ਲੰਗਾਹ ਸਾਹਿਬ ਬਾਰੇ ਉਹ ਆਪਦੀ ਟਿੱਪਣੀ ਦੇ ਸਕਦੇ ਆ, ਮੈਨੂੰ ਇੰਨਾ ਪੂਰਾ ਭਰੋਸਾ ਕਿ ਜਿੰਨੇ ਵੀ ਉਹਨਾਂ ਨਾਲ ਬੈਠੇ ਸਨ ਉਹ ਪੰਜਾਬ ਦੀ ਖੇਤਰੀ ਪਾਰਟੀ, ਪੰਜਾਬ ਦੇ ਭਲੇ ਵਾਸਤੇ ਸਰਦਾਰ ਦਲਜੀਤ ਸਿੰਘ ਚੀਮਾ ਸਾਹਿਬ ਦਾ ਸਾਥ ਦੇਣਗੇ।
ਜਿਸ ਤਰ੍ਹਾਂ ਦਾ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਚ, ਲੱਗਦਾ ਕਿ ਅਜਿਹੇ ਮਾਹੌਲ ਦੇ ਵਿਚ ਨਰਿੰਦਰ ਮੋਦੀ ਅਮਿਤ ਸ਼ਾਹ ਹਰੀ ਪੰਜਾਬ ਵਿਚ ਪ੍ਰਚਾਰ ਕਰਨ ਲਈ ਆ ਸਕਣ? ਨਹੀਂ, ਜਿਵੇਂ ਦੇਖੋ ਭਗਵੰਤ ਮਾਨ ਉਹਨਾਂ ਦਾ ਟਾਊਟ ਹੈ, ਭਗਵੰਤ ਮਾਨ ਨੇ ਇੰਨੀ ਪੁਲਿਸ ਲਵਾ ਦੇਣੀ ਹੈ, ਇੰਨੀ ਸੈਂਟਰਲ ਫੋਰਸਿਸ ਲਵਾ ਦੇਣੀ ਹੈ ਕਿ ਇੱਕ ਬੰਦੇ ਪਿੱਛੇ ਦੋ ਦੋ ਤਾਂ ਪੁਲਿਸ ਵਾਲੇ ਲਾ ਦੇਣੇ। ਹੁਣ ਸੰਧੂ ਸਾਹਿਬ ਇੱਥੇ ਪ੍ਰੋਗਰਾਮ ਕਰਨ ਆਉਂਦੇ ਆ, ਬੰਦਾ ਅੱਗੇ 10 ਨਹੀਂ ਹੁੰਦਾ ਤੇ 1000 ਪੁਲਿਸ ਵਾਲਾ ਲਾਇਆ ਹੁੰਦਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਾਈ ਇਹ ਤੁਸੀਂ ਪੁਲਿਸ ਵਾਲਿਆਂ ਨੂੰ ਗੱਲ ਸੁਣਾਉਣ ਆਉਂਦੇ ਹੋ ਕਿ ਆਪਦੀ ਲੋਕਾਂ ਨੂੰ ਗੱਲ ਸੁਣਾਉਣ ਆਉਂਦੇ ਹੋ? ਜਾਂ ਭਗਵੰਤ ਮਾਨ ਏਕਨਾਥ ਸ਼ਿੰਦੇ ਬਣੂ 10 ਤੋਂ ਬਾਅਦ, ਜਾਂ ਸੰਧਵਾ ਨਵਾਂ ਮੁੱਖ ਮੰਤਰੀ ਬਣੂ। ਮੈਂ ਅੱਜ ਵੀ ਕਹਿੰਦਾ ਇਹ ਰਹਿਣਾ ਹੀ ਨਹੀਂ।